ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਛੇਵੀਂ ਜਮਾਤ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 13 ਭਾਰਤ 200 ਈਸਵੀ ਪੂਰਵ ਤੋਂ 300 ਈਸਵੀ ਤੱਕ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਪਹਿਲਾ ਮਹਾਨ ਚੌਲ ਸ਼ਾਸਕ ਕੌਣ ਸੀ ਉੱਤਰ ਕਾਰੀਕਰ ਪਹਿਲਾ ਮਹਾਨ ਚੌਲ ਸ਼ਾਸਕ ਸੀ ਪ੍ਰਸ਼ਨ ਨੰਬਰ 2 200 ਇਸਵੀ ਪੂਰਵ ਤੋ 300 ਇਸਵੀ ਤੱਕ ਦੱਖਣੀ ਭਾਰਤ ਦੇ ਲੋਕਾਂ ਦੇ ਜੀਵਨ ਬਾਰੇ ਲਿਖੋ ਉੱਤਰ ਦੱਖਣੀ ਭਾਰਤ ਦੇ ਯਾਦਤਰ ਲੋਕ ਪਿੰਡਾਂ ਵਿੱਚ ਰਹਿੰਦੇ ਸਨ ਉਸ ਸਮੇਂ ਲੋਕਾਂ ਦਾ ਮੁੱਖ ਕੀਤਾ ਖੇਤੀਬਾੜੀ ਸੀ ਵਪਾਰੀ ਅਤੇ ਕਾਰੀਗਰ ਤੱਟਾਂ ਨਾਲ ਲੱਗਦੇ ਨਗਰਾਂ ਵਿੱਚ ਰਹਿੰਦੇ ਸਨ ਜਿੱਥੇ ਵਪਾਰ ਕਰਨਾ ਸੌਖਾ ਹੁੰਦਾ ਸੀ ਸੰਗੀਤ ਨਾਚ ਕਵਿਤਾ ਉਚਾਰਨ ਅਤੇ ਜੂਆ ਆਦ ਉਹਨਾਂ ਦੇ ਮਨੋਰੰਜਨ ਦੇ ਸਾਧਨ ਸਨ ਪ੍ਰਸ਼ਨ ਨੰਬਰ 3 ਮਹਾਪਸ਼ਾਣ ਸੰਸਕ੍ਰਿਤੀ ਦੇ ਦੇ ਮੁਰਦਿਆਂ ਨੂੰ ਦਫਨਾਉਣ ਦੇ ਢੰਗ ਬਾਰੇ ਲਿਖੋ ਉੱਤਰ ਮਹਾਪਸ਼ਾਣ ਸੰਸਕ੍ਰਿਤੀ ਦੇ ਲੋਕ ਮੁਰਦਿਆਂ ਨੂੰ ਦਫਨਾਉਣ ਤੋਂ ਬਾਅਦ ਉਹਨਾਂ ਦੇ ਚਾਰੇ ਪਾਸੇ ਵੱਡੇ ਵੱਡੇ ਪੱਥਰਾਂ ਦਾ ਇੱਕ ਘੇਰਾ ਬਣਾਉਂਦੇ ਸਨ ਉਹ ਮੁਰਦਿਆਂ ਦੇ ਭਾਂਡੇ ਔਜ਼ਾਰ ਅਤੇ ਹਥਿਆਰ ਆਦਿ ਵੀ ਉਹਨਾਂ ਦੇ ਨਾਲ ਹੀ ਦਫਨਾਉਂਦੇ ਸਨ ਉਹਨਾਂ ਦਾ ਵਿਸ਼ਵਾਸ ਸੀ ਕਿ ਦੂਸਰੀ ਦੁਨੀਆ ਵਿੱਚ ਮਰਨ ਵਾਲੇ ਨੂੰ ਇਨ੍ਹਾਂ ਸਭ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੋਵੇਗੀ ਅਗਲਾ ਪ੍ਰਸ਼ਨ ਹੈਗੇ ਬੱਚਿਓ ਡਿਮਿਟ੍ਰੀਅਸ ਅਤੇ ਮਿਰੇਂਦਰ ਕੌਣ ਸਨ ਪੁੱਤਰ ਸਿਕੰਦਰ ਨੇ 326 ਈਸਵੀ ਪੂਰਵ ਵਿੱਚ ਭਾਰਤ ਤੋਂ ਵਾਪਸ ਜਾਣ ਸਮੇਂ ਜਿੱਤੇ ਹੋਏ ਖੇਤਰਾਂ ਵਿੱਚ ਗਵਰਨਰ ਨਿਯੁਕਤ ਕੀਤੇ ਸਨ ਡਿਮਿਟ੍ਰੀਅਸ ਅਤੇ ਮਿਰੇਂਦਰ ਸਿਕੰਦਰ ਦੇ ਗਵਰਨਰ ਸਨ ਅਗਲਾ ਹੈਗੇ ਬੱਚਿਓ ਪੰਜਵਾਂ ਪ੍ਰਸ਼ਨ ਸ਼ੱਕਾਂ ਬਾਰੇ ਤੁਸੀਂ ਕੀ ਜਾਣਦੇ ਹੋ ਪੁੱਤਰ ਇਹ ਇੱਕ ਕਬੀਲਾ ਸੀ ਜੋ ਮੱਧ ਏਸ਼ੀਆ ਤੋਂ ਆਇਆ ਸੀ ਇਹ ਹਮਲਾਵਰ ਦੇ ਰੂਪ ਵਿੱਚ ਭਾਰਤ ਆਏ ਸਨ ਅਤੇ ਇੱਥੇ ਹੀ ਵਸ ਗਏ ਇਹਨਾਂ ਦੀਆਂ ਬਸਤੀਆਂ ਉੱਤਰੀ ਪੱਛਮੀ ਪੰਜਾਬ ਉੱਤਰ ਪ੍ਰਦੇਸ਼ ਗੁਜਰਾਤ ਮੱਧ ਪ੍ਰਦੇਸ਼ ਆਦਿ ਵਿੱਚ ਸਨ ਗੁਪਤ ਸਮਰਾਟ ਚੰਦਰਗੁਪਤ 2 ਵਿਕਰਮਾਦਿੱਤਿਆ ਨੇ ਸ਼ਕਾ ਨੂੰ ਜਿੱਤ ਕੇ ਉਹਨਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ਸੀ ਪ੍ਰਸ਼ਨ ਨੰਬਰ 6 ਕਨਿਸ਼ਕ ਤੇ ਇੱਕ ਨੋਟ ਲਿਖੋ ਉੱਤਰ ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ ਉਹ ਇੱਕ ਮਹਾਨ ਜੇਤੂ ਸੀ ਉਸ ਦਾ ਰਾਜ ਬਿਹਾਰ ਤੱਕ ਫੈਲਿਆ ਹੋਇਆ ਸੀ ਉਸ ਨੇ ਬੜੀ ਬਹਾਦਰੀ ਨਾਲ ਜੁੱਦ ਕੀਤੇ ਸਨ ਉਹ ਬੁੱਧ ਧਰਮ ਦਾ ਪੈਰੋਕਾਰ ਸੀ ਪੈਰੋਕਾਰ ਸੀ ਉਸ ਨੇ ਬਹੁਤ ਸਾਰੀਆਂ ਸੁੰਦਰ ਮੂਰਤੀਆਂ ਬਣਵਾਈਆਂ ਅਗੇ ਦੇ ਵਿੱਚੋਂ ਖਾਲੀ ਥਾਵਾਂ ਭਰੋ ਗੌਤਮੀ ਪੁੱਤਰ ਸ਼ਾਂਤ ਕਰਨੀ ਨੇ ਡੈਸ਼ ਤੱਕ ਰਾਜ ਕੀਤਾ 106 ਈਸਵੀ ਤੋਂ 130 ਈਸਵੀ ਤੱਕ ਸਤ ਬਹਨਾਂ ਨੇ ਨਗਰਾਂ ਅਤੇ ਪਿੰਡਾਂ ਨੂੰ ਜੋੜਨ ਲਈ ਡੈਸ਼ ਬਣਾਈਆਂ ਛੜਕਾਂ ਨੰਬਰ 3 ਸਤਬਹਨ ਰਾਜੇ ਡੈਸ਼ ਦੇ ਉਨਯਾਈ ਸਨ Hindu Dharma ਨੰਬਰ 4 ਪਾਂਡਿਆ ਰਾਜ ਦੀ ਰਾਜਧਾਨੀ ਡੈਸ਼ ਸੀ ਮਦੂਰਾ ਨੰਬਰ 5 ਪੱਲਵਾਨੂ ਡੈਸ਼ ਕਹਿੰਦੇ ਸਨ 파ਰਥੀਗਨ ਨੰਬਰ 6 ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਡੈਸ਼ ਸੀ ਕਨਿਸ਼ਕ ਹੇਠ ਲਿਖੇ ਬਾਕਾਂ ਸਾਹਮਣੇ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਉੱਤਰ ਨੰਬਰ 1 ਦक्कਨ ਵਿੱਚ ਮੌਰੀਆ ਦੇ ਪ੍ਰਸਿੱਧ ਉਤਰਾਧਿਕਾਰੀ ਸਤਵਾਨ ਸਨ ਸਹੀ ਨੰਬਰ 2 ਗੌਤਮੀ ਪੁੱਤਰ ਸ਼ਾਂਤਕਰਣੀ ਨੇ 106 ਈਸਵੀ ਤੋਂ 131 ਈਸਵੀ ਤੱਕ ਰਾਜ ਕੀਤਾ ਗਲਤ ਨੰਬਰ 3 ਸੰਗੀਤ ਨਾਚ ਕਾਵਿਚਾਰਨ ਅਤੇ ਜੂਆ ਮਨੋਰੰਜਨ ਦੀਆਂ ਪ੍ਰਸਿੱਧ ਕਿਸਮਾਂ ਸਨ ਸਹੀ ਨੰਬਰ 4 ਸ਼ਕਾਂ ਨੂੰ ਚੰਦਰਗੋਪਤ ਵਿਕਰਮਾ ਦਿੱਤੀਆਂ ਨੇ ਨਹੀਂ ਹਰਾਇਆ ਸੀ ਗਲਤ ਗੌਂਡ ਫਰ ਨੀਡ ਫਰਨਿਚ ਇੱਕ ਸ਼ੱਕ ਰਾਜਾ ਸੀ ਗਲਤ ਕਨਿਸ਼ਕ ਨੇ ਚੌਥੀ ਬੋਧੀ ਸਭਾ ਬੁਲਾਈ ਸੀ ਸਹੀ ਵਿਸ਼ਕ ਇੱਕ ਪਾਲਬ ਰਾਜਾ ਸੀ ਸਹੀ ਤਾਂ ਬੱਚੋ ਇਸ ਪਾਠ ਦੇ ਪ੍ਰਸ਼ਨ ਉੱਤਰ ਕੰਪਲੀਟ ਹੋ ਗਏ ਨੇ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਧੰਨਵਾਦ